ਬੜੇ ਫਕੀਰ ਹੈਰਾਨ ਹੋਏ, ਕਹਿੰਦੇ ਅੱਛਾ ਮਾਈ ਇਹ ਦੱਸ, ਅਸੀਂ ਤੈਨੂੰ ਪੁੱਛਣ ਆਏ ਹੈ ਵੀ ਤੂੰ ਕਹਿੰਦੀ ਹੈ ਕਿ ਅੱਜ ਮੇਰੇ ਤੇ ਰੱਬ ਤੁੱਠਾ ਹੈ ਤੇ ਅੱਜ ਰੁੱਠਾ ਹੈ, ਇਹ ਕੀ ਗੱਲ ਹੈ? ਕਹਿੰਦੀ ਭਾਈ ਜੀ, ਜਿਸ ਦਿਨ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਹੁੰਦੇ ਹੈ ਉਦੋਂ ਮੈਂ ਕਹਿੰਦੀ ਹਾਂ ਮੇਰੇ ਤੇ ਪਰਮੇਸ਼ਰ ਤੁੱਠਾ ਹੋਇਆ, ਅੱਜ ਆਪਦੇ ਪਿਆਰੇ ਨੇ ਮੈਨੂੰ ਦਰਸ਼ਨ ਦਿੱਤੇ ਹੈ। ਜਿਦਣ ਸਾਧ ਸੰਗਤ ਦੇ ਦਰਸ਼ਨ ਨਾ ਹੋਣ, ਮੈਂ ਸਮਝੀ ਕਿ ਮੇਰੇ ਤੇ ਰੱਬ ਰੁੱਠਾ ਹੈ, ਰੁੱਠਿਆ ਹੋਇਆ ਨਾਰਾਜ, ਇਉਂ ਮੈਂ ਨਿਸ਼ਚਾ ਕਰਦੀ ਹਾਂ। ਸੁਣ ਕਰਕੇ ਫਕੀਰ ਹੈਰਾਨ ਹੋ ਗਏ, ਉੱਥੇ ਹੀ ਬੈਠੇ ਰਹੇ। ਬਾਕੀ ਦੇ ਫਕੀਰਾਂ ਵਾਸਤੇ ਉਹਦੇ ਨੇ ਫਿਰ ਮਠਿਆਈ ਤਿਆਰ ਕੀਤੀ, ਮਠਿਆਈ ਫਕੀਰਾਂ ਨੂੰ ਤਿਆਰ ਕਰਕੇ ਛਕਾ ਦਿੱਤੀ ਤੇ ਫਰੀਦ ਬਾਹਰ ਮਿਹਨਤ ਕਰਨ ਗਿਆ ਸੀ, ਉਹ ਆਇਆ ਦਿਨ ਸਿੱਧੇ, ਉਹਨੂੰ ਮਠਿਆਈ ਸਾਰੀ ਵਰਤ ਚੁੱਕੀ ਸੀ ਤੇ ਬੱਸੀ ਨੇ ਆਪਦੀ ਗੋਲੀ ਨੂੰ ਕਿਹਾ ਕਿ ਬੀਬੀ ਫਕੀਰਾਂ ਦਾ ਖਾਣਾ ਤਿਆਰ ਕਰ। ਉਹ ਸਾਧ ਸੰਗਤ ਜੀ ਕਈ ਸਾਲਾਂ ਦੇ ਛੋਲੇ ਪੁਰਾਣੇ ਪਏ ਸੀ, ਉਹਨਾਂ ਨੂੰ ਪੀਹ ਕੇ ਉਹਨਾਂ ਦਾ ਭੁੱਗਾ ਜਿਹਾ ਬਣਾ ਕੇ ਰਿੰਨ ਕੇ ਇਸੇ ਗੋਲੀ ਨੇ ਫਰੀਦ ਸਾਹਿਬ ਦੇ ਅੱਗੇ ਰੱਖ ਦਿੱਤਾ। ਉਹ ਜਿਸ ਵੇਲੇ ਰੱਖਤਾ, ਆਟਾ ਕੌੜਾ ਹੋਇਆ ਸੀ, ਕਾਫੀ ਚਿਰ ਦੇ ਛੋਲੇ ਪਏ ਸਨ, ਉਹ ਕੌੜੇ ਹੋਏ ਆਟੇ ਦੇ ਵਿੱਚੋਂ ਨਾ ਤਾਂ ਮਿੱਠੇ ਦਾ ਸਵਾਦ ਆਵੇ ਨਾ ਲੂਣ ਦਾ ਸਵਾਦ ਆਵੇ, ਤੇ ਉਸ ਵੇਲੇ ਫਰੀਦ ਨੇ ਕਿਹਾ ਮਾਤਾ ਥੋੜਾ ਜਿਹਾ ਲੂਣ ਦੇ ਮੈਨੂੰ, ਲੂਣ ਲੈਣਾ ਮੈਂ, ਲੂਣ ਕਿੰਨਾ। ਇਉਂ ਜਦੋਂ ਕਿਹਾ ਉਸ ਵੇਲੇ ਉਹ ਬੱਸੀ ਨੇ ਗੋਲੀ ਨੂੰ ਫੇਰ ਘੂਰਿਆ, ਕਹਿੰਦੀ ਤੂੰ ਲੂਣ ਕਿਉਂ ਨਹੀਂ ਪਾਇਆ? ਕਹਿੰਦੀ ਮੈਨੂੰ ਕੀ ਪਤਾ ਮਾਈ ਵੀ ਫਕੀਰਾਂ ਦਾ ਖਾਣਾ ਕਿ ਸਵਾਦੀਆਂ ਦਾ ਖਾਣਾ। ਇਹ ਸੁਣ ਕੇ ਫਰੀਦ ਰੋਣ ਲੱਗ ਗਿਆ, ਕਹਿੰਦੇ ਮੈਂ ਤਾਂ ਗੋਲੀ ਵਰਗਾ ਵੀ ਅਜੇ ਨਹੀਂ ਬਣਿਆ, ਅਜੇ ਵੀ ਸਵਾਦਾਂ 'ਚ ਫਸਿਆ ਹੋਇਆ। ਉਸ ਵੇਲੇ ਸਲੋਕ ਸਾਹਿਬ ਸਿੰਘ ਜੀ ਫਰੀਦ ਨੇ ਚਾਹ ਰਿਹਾ ਹੈ, ਫਰੀਦਾ ਦਰਵੇਸ਼ੀ ਗਾਖੜੀ, ਫਰੀਦ ਸਾਹਿਬ ਜਿਹੜੀ ਦਰਵੇਸ਼ੀ ਫਕੀਰੀ ਹੈ, ਪਰਮੇਸ਼ਰ ਦੇ ਦਰ ਦੇ ਵਿੱਚ ਅਵੇਸ਼ ਹੋਣ ਵਾਲੀ, ਇਹ ਬੜੀ ਗਾਖੜੀ ਬੜੀ ਕਸਮ ਹੈ। ਚੋਪੜੀ ਪ੍ਰੀ ਸਾਡੀ ਤਾਂ ਕਹਿੰਦੇ ਚੋਪੜੀ ਰੋਟੀ ਨਾ ਪ੍ਰੀਤ ਹੈ, ਜੇ ਚੰਗੀ ਚੋਖੀ ਮੇਰੇ ਤਾਂ ਖੁਸ਼ ਰਹਿੰਦੇ ਹੈ, ਜੇ ਨਾ ਮੇਰੇ ਤਾਂ ਝਾਟੀ ਰੁੱਖੀ ਰੋਟੀ ਵੇਖ ਕੇ ਮਾਰੀ ਜਾਂਦੇ ਹੈ, ਖਾ ਹੀ ਨਹੀਂ ਸਕਦੇ, ਇਹੀ ਜੀ ਸਾਡੀ ਹਾਲਤ ਹੈ। ਸੋ ਚੋਪੜੀ ਦੁਨੀਆਂ ਦੀ ਮੂੰਹ ਪੋਚਣੀ ਪ੍ਰੀਤੀ ਹੈ, ਅੰਦਰੋਂ ਦਿਲੋਂ ਪ੍ਰੀਤ ਨਹੀਂ ਹੈ, ਸਾਡਾ ਵਿਖਾਵੇ ਦੀ ਪ੍ਰੀਤੀ ਕਰਦੇ ਹੈ, ਤੇ ਵਾਹਿਗੁਰੂ ਦੇ ਦਰਵੇਸ਼ ਬਣਨਾ ਬੜਾ ਹੀ ਕਸਮ ਹੈ। ਦੇਖੋ ਕਹਿੰਦੇ ਇੱਕ ਕਿਸੇ ਨੂੰ ਦਰਵੇਸਾਂ ਦੀ ਵਾਲੀ ਜਿਹੜੀ ਰੀਤੀ ਹੈ, ਉਸ ਇੱਕ ਕਿਸੇ ਨੇ ਚਲਣਾ ਕੀਤਾ, ਕੋਈ ਕੋਈ ਕਰੋੜਾਂ ਵਿੱਚੋਂ ਹੈ, ਸਾਰੇ ਵੀ ਫਕਰਾਂ ਵਾਲੀ ਰੀਤੀ ਚੱਲ ਸਕਦੇ, ਮਨਭੇਖ ਬਹੁਤ ਹੈ, ਪਰ ਇਹੋ ਜਿਹਾ ਨਿਸ਼ਚਾ ਰੱਖਣਾ, ਸਬਰ ਰੱਖਣਾ, ਜੈਸਾ ਜਿਹਾ ਪ੍ਰਾਪਤ ਹੋਣਾ, ਜੋ ਤੂੰ ਦੇ ਤਈ ਇਹ ਤ੍ਰਿਪਤਾ, ਆਨ ਕਦੋਂ ਧਾਵੋ, ਇਹ ਦਰਵੇਸਾਂ ਵਾਲੀ ਰੀਤੀ ਜਿਹੜੀ ਹੈ ਕਿਸੇ ਕਿਸੇ ਬਿਰਲੇ 'ਚ ਹੀ ਪਾਈ ਦੀ ਹੈ। ਅਸੀਂ ਜੀ ਮਰਜ਼ਾਦਾ ਵਾਲੇ ਫਕਰ ਮਹਾਤਮਾ ਤੱਤ ਵਿੱਚ ਹੁੰਦੇ ਹਨ, ਕਲ ਤਪੈ ਤਲੂੜ ਗਿਆ। ਫਿਰ